ਪਿਆਰੇ ਬੱਚਿਓ ਨਮਸਕਾਰ ਅੱਜ ਆਪਾਂ ਗੱਲ ਕਰਾਂਗੇ ਨੌਵੀਂ ਜਮਾਤ ਵਿਸ਼ਾ ਸਵਾਗਤ ਜ਼ਿੰਦਗੀ ਪਾਠ ਨੰਬਰ 7 ਫੈਸਲੇ ਲੈਣ ਦੀ ਯੋਗਤਾ ਅੱਜ ਆਪਾਂ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਤੇ ਇਸ ਪਾਠ ਨੂੰ ਸਮਝਾਂਗੇ ਤੇ ਪੜਾਂਗੇ ਊੜਾ ਪਾਗ ਫੈਸਲਾ ਕਿਵੇਂ ਕਰੀਏ ਉੱਤਰ ਫੈਸਲਾ ਜ਼ਿੰਦਗੀ ਵਿੱਚ ਬਹੁਤ ਮਹੱਤਵ ਰੱਖਦਾ ਹੈ ਇੱਕ ਸਹੀ ਫੈਸਲਾ ਸਾਡੀ ਜ਼ਿੰਦਗੀ ਬਦਲ ਦਿੰਦਾ ਹੈ ਫੈਸਲਾ ਲੈਣ ਸਮੇ ਸਾਨੂੰ ਸਾਰੇ ਪੱਖ ਸੋਚਣੇ ਚਾਹੀਦੇ ਹਨ ਫੈਸਲੇ ਦੇ ਦੂਰਗਾਮੀ ਸਿੱਟੇ ਕੀ ਨਿਕਲਣਗੇ ਇਹ ਵੀ ਜ਼ਰੂਰ ਸੋਚਣਾ ਚਾਹੀਦਾ ਹੈ ਕਿਸ਼ੋਰ ਅਵਸਥਾ ਵਿੱਚ ਅਸੀਂ ਅਕਸਰ ਆਪਣੇ ਫੈਸਲਿਆਂ ਲਈ ਮਾਤਾ ਪਿਤਾ ਤੋਂ ਜ਼ਿਆਦਾ ਆਪਣੇ ਦੋਸਤਾਂ ਉੱਤੇ ਨਿਰਭਰ ਕਰਦੇ ਹਾਂ ਧਿਆਨ ਦੇਣ ਯੋਗ ਗੱਲਾਂ ਹਰ ਵੇਲੇ ਹਾਂ ਕਹਿਣਾ ਉਚਿਤ ਨਹੀਂ ਜੇ ਗੱਲ ਪਸੰਦ ਜਾਂ ਠੀਕ ਨਾ ਹੋਵੇ ਤਾਂ ਨਾ ਕਹੋ ਨੰਬਰ 2 ਕਿਸੇ ਦੇ ਦਬਾਅ ਵਿੱਚ ਕਦੇ ਫੈਸਲੇ ਨਾ ਲਓ ਇਕ ਉਦਾਹਰਨ ਸੀਰਤ ਆਪਣੇ ਮਾਤਾ-ਪਿਤਾ ਦਾ ਇਕਲੌਤਾ ਪੁੱਤਰ ਸੀ ਉਹ ਬਹੁਤ ਲਾਡਲਾ ਸੀ ਸਕੂਲ ਵਿੱਚਲੇ ਉਸਦੇ ਦੋਸਤ ਅਕਸਰ ਸਿਗਰਟ ਪੀਂਦੇ ਸਨ ਉਹ ਸੀਰਤ ਨੂੰ ਵੀ ਹਮੇਸ਼ਾ ਇੱਕ ਕਾਸ਼ ਲਗਾਉਣ ਲਈ ਰੰਦੇ ਸੀਰਤ ਦੇ ਮਾਤਾ-ਪਿਤਾ ਨੇ ਉਸ ਨੂੰ ਸਹੀ ਗਲਤ ਬਾਰੇ ਸਮਝਾਇਆ ਸੀ ਸੀਰਤ ਸਿਗਰਟ ਪੀਣ ਤੋਂ ਮਨਾ ਕਰ ਦਿੰਦਾ ਇੱਕ ਦਿਨ ਉਸਦੇ ਦੋਸਤ ਇੱਕ ਗੱਲ ਤੋਂ ਉਸ ਦਾ ਮਜ਼ਾਕ ਡਾਉਣ ਲੱਗੇ ਗੁੱਸੇ ਵਿੱਚ ਆ ਕੇ ਸੀਰਤ ਨੇ ਸਿਗਰਟ ਪੀ ਲਈ ਹੌਲੀ-ਹੌਲੀ ਉਸ ਨੂੰ ਇਸ ਦੀ ਆਦਤ ਪੈ ਗਈ ਅਗੇ ਹੈਗੇ ਬੱਚਿਓ ਕੀ ਸੀਰਤ ਨੂੰ ਦੋਸਤਾਂ ਨੂੰ ਸਖਤੀ ਨਾਲ ਮਨਾ ਕਰਨਾ ਚਾਹੀਦਾ ਸੀ ਉੱਤਰ ਹੈਗੇ ਬੱਚਿਓ ਹਾਂ ਉਸ ਨੂੰ ਸਖਤੀ ਨਾਲ ਮਨਾ ਕਰਨਾ ਚਾਹੀਦਾ ਸੀ ਨੰਬਰ 2 ਜੇਕਰ ਤੁਸੀਂ ਸੀਰਤ ਦੀ ਜਗ੍ਹਾ ਹੁੰਦੇ ਤਾਂ ਕੀ ਕਰਦੇ ਉੱਤਰ ਹੈਗੇ ਬੱਚਿਓ ਸਿਗਰਟ ਕਿਸੇ ਹਾਲਤ ਵਿੱਚ ਨਾ ਪੀਂਦਾ ਸਖਤੀ ਨਾਲ ਮਨਾ ਕਰਦਾ ਅਜਿਹੇ ਦੋਸਤਾਂ ਦਾ ਸਾਥ ਛੱਡ ਦਿੰਦਾ ਬੱਚਿਓ ਅੱਗੇ ਹੈਗੇ ਆਪਣਾ ਤੀਸਰਾ ਤੀਸਰਾ ਪ੍ਰਸ਼ਨ ਨਾ ਕਹਿਣ ਲਈ ਸਾਡੇ ਵਿੱਚ ਕਿਹੜਾ ਗੁਣ ਹੋਣਾ ਚਾਹੀਦਾ ਹੈ ਫੈਸਲੇ ਲੈਣ ਦਾ ਗੁਣ ਕੀ ਤੁਹਾਡੇ ਵਿੱਚੋਂ ਕੋਈ ਵਿਦਿਆਰਥੀ ਇਸ ਨਾਲ ਮਿਲਦਾ ਜੁਲਦਾ ਆਪਣਾ ਅਨੁਭਵ ਸਾਨੂੰ ਦੱਸਣਾ ਚਾਹੇਗਾ ਉੱਤਰ ਹੈਗੇ ਬੱਚਿਓ ਮੇਰੇ ਚਾਚਾ ਜੀ ਦੇ ਵਿਆਹ ਤੇ ਮੈਨੂੰ ਕੁਝ ਰਿਸ਼ਤੇਦਾਰਾਂ ਨੇ ਸ਼ਰਾਬ ਪੀਣ ਲਈ ਕਿਹਾ ਤੈਨੂੰ ਆਪਣੇ ਚਾਚਾ ਜੀ ਦੇ ਵਿਆਹ ਦੀ ਖੁਸ਼ੀ ਨਹੀਂ ਜੇ ਤੂੰ ਇੱਕ ਇੱਕ ਪੈਗ ਨਾ ਲਾਇਆ ਤਾਂ ਮੈਂ ਸਖਤੀ ਨਾਲ ਨਾਲ ਮਨਾ ਕਰ ਦਿੱਤਾ ਸੀ ਬੱਚੇ ਘਟਨਾ ਜਿਸ ਦੇ ਵਿੱਚ ਤੁਹਾਨੂੰ ਵਿਆਹ ਦੇ ਸਮੇਂ ਕਿਹਾ ਜਾਂਦਾ ਹੈ ਕਿ ਤੁਹਾਨੂੰ ਸ਼ਰਾਬ ਪੀ ਲੈਣੀ ਚਾਹੀਦੀ ਹੈ ਕਿਉਂਕਿ ਤੁਹਾਨੂੰ ਖੁਸ਼ੀ ਹੋਣ ਦਾ ਬਹਾਨਾ ਬਣਾ ਦਿੱਤਾ ਜਾਂਦਾ ਹੈ ਕਿ ਤੁਸੀਂ ਖੁਸ਼ ਨਹੀਂ ਹੋ ਪਰ ਤੁਸੀਂ ਇਸ ਗੱਲ ਨੂੰ ਮਨਾ ਕਰ ਦੇਣਾ ਹੈ ਜਦੋਂ ਅਸੀਂ ਕੋਈ ਚੋਣਵਾ ਵਿਸ਼ਾ ਚੁਣਦੇ ਹਾਂ ਤਾਂ ਸਾਨੂੰ ਕੀ ਦੇਖਣਾ ਚਾਹੀਦਾ ਹੈ ਊੜਾ ਹੈਗਾ ਉਹ ਵਿਸ਼ਾ ਲੈਣਾ ਚਾਹੀਦਾ ਹੈ ਜੋ ਸਾਡੇ ਦੋਸਤ ਲੈ ਰਹੇ ਹਨ ਆੜਾ ਉਹ ਵਿਸ਼ਾ ਲੈਣਾ ਚਾਹੀਦਾ ਹੈ ਜਿਸ ਵਿੱਚ ਸਾਡੀ ਰੁਚੀ ਹੈ ਤਾਂ ਬੱਚੇ ਉਹ ਵਿਸ਼ਾ ਲੈਣਾ ਚਾਹੀਦਾ ਹੈ ਜਿਸ ਵਿੱਚ ਸਾਡੀ ਰੁਚੀ ਹੈ ਅੱਗੇ ਹੈ ਬੱਚੋ ਚੰਗੀਆਂ ਤੇ ਬੁਰੀਆਂ ਆਦਤਾਂ ਦੀ ਪਹਿਚਾਣ। ਕਿਰਿਆ ਗੀਤ ਜੋ ਪੁੱਛੇ ਕਈ ਸਵਾਲ ਸਹੀ ਜੋ ਬੁੱਝੇ ਬਾਲ ਕਮਾਲ। ਨੰਬਰ 1 ਲੇਟ ਜਾਗਣਾ ਤੜਕੇ ਉੱਠਣਾ ਕਿਹੜੀ ਆਦਤ ਚੰਗੀ ਹੈ? ਤੜਕੇ ਉੱਠਣਾ ਤੜਕੇ ਉੱਠਣਾ। ਬੱਚੇ ਤੇ ਉੱਤਰ ਨੂੰ ਤੁਸੀਂ ਦੋ ਵਾਰ ਲਿਖਣਾ ਹੈ ਕਿਉਂਕਿ ਆਪਾਂ ਨੂੰ ਪਹਿਲਾ ਉੱਤਰ ਦੋ ਵਾਰ ਲਿਖਿਆ ਹੋਇਆ ਹੈ। ਠੀਕ ਹੈ। ਤੇ ਇਸ ਤੋਂ ਬਾਅਦ ਅੱਗੇ ਦੇਖਦੇ ਹਾਂ ਸਾਫ਼ ਵਰਦੀ ਗੰਦੇ ਕੱਪੜੇ ਕਿਹੜੀ ਗੱਲ ਜੋ ਜੱਜਦੀ ਨਹੀਂ? ਅੱਗੇ ਹੈਗਾ ਵਿੱਚੋਂ ਗੰਦੇ ਕੱਪੜੇ। ਲੇਟ ਨਤੀਫ ਜਾਂ ਸਮੇਂ ਦਾ ਪਾਬੰਦ ਕੌਣ ਤਰੱਕੀਆਂ ਪਾਵੇਗਾ ਉੱਤਰ ਹੈ ਕਿ ਵਿੱਚ ਸਮੇਂ ਦਾ ਪਾਬੰਦ ਮਿਹਨਤੀ ਬੱਚਾ ਤੇ ਨਕਲਚੂ ਕਿਹੜਾ ਬਾਲ ਸਿਆਣਾ ਹੈ ਵਿੱਚੋਂ ਮਿਹਨਤੀ ਬੱਚਾ ਸਿਆਣਾ ਹੈ ਨੰਬਰ 5 ਸਾਊ ਬਾਲਕ ਤੇ ਸ਼ਰਾਰਤੀ ਚੰਗੇ ਕਿਹੜਾ ਨੰਬਰ ਕਿਹੜਾ ਲਾਊ ਬੱਚੇ ਸਾਊ ਬਾਲਕ ਤੇ ਸ਼ਰਾਰਤੀ ਬੱਚੇ ਜੋ ਕਿਹੜਾ ਨੰਬਰ ਚੰਗੇ ਲਊਗਾ ਸਾਊ ਬਾਲਕ ਨੰਬਰ 6 ਹਸਮੁਖ ਬੱਚਾ ਤੇ ਝੜਚੜਾ ਕਿਸ ਨੂੰ ਰੱਜ ਕੇ ਪਿਆਰ ਮਿਲੂ ਤਾਂ ਵਿੱਚੋਂ ਹਸਮੁਖ ਬੱਚੇ ਨੂੰ ਰੱਜ ਕੇ ਪਿਆਰ ਮਿਲੂਗਾ ਲਾਪਰਵਾਹੀ ਜ਼ਿੰਮੇਵਾਰੀ ਗੱਲਾਂ ਦੋਹਾਂ ਵਿੱਚੋਂ ਮਾੜੀ ਕੀ ਲਾਪਰਵਾਹੀ ਗੱਲਾਂ ਵਿੱਚੋਂ ਮਾੜੀ ਹੈ ਨੰਬਰ 8 ਚੋਰੀ ਠੱਗੀ ਨੇਕ ਇਮਾਨ ਕਿਸ ਦੀ ਉਮਰ ਲਮੇਰੀ ਹੈ ਨੇਕ ਇਮਾਨ ਨੇਕ ਇਮਾਨ ਨੰਬਰ 9 ਝੂਠ ਦਾ ਰਸਤਾ ਜਾਂ ਸੱਚ ਵਾਲਾ ਕਿਹੜਾ ਰਸਤਾ ਮਾੜਾ ਹੈ ਅਖਿਆ ਵਿੱਚੋਂ ਝੂਠ ਵਾਲਾ ਰਸਤਾ ਮਾੜਾ ਹੈ ਨੰਬਰ 10 ਸੁਸਤ ਜਿਹਾ ਤੇ ਚੁਸਤ ਚਲਾਕ ਕਿਹੜਾ ਪਹੁੰਚੂ ਮੰਜ਼ਿਲ ਉੱਤੇ ਤਾਂ ਵਿੱਚ ਚੁਸਤ ਚਲਾਕ ਮੰਜ਼ਿਲ ਉੱਤੇ ਪਹੁੰਚੂ ਨੰਬਰ 11 ਪਲਾ ਮੰਗਣਾ ਜਾਂ ਬੁਰਾ ਸੋਚਣਾ ਕਿਹੜੀ ਆਦਤ ਮਾੜੀ ਬਣੀ ਮਾੜੀ ਹੈ ਬੁਰਾ ਸੋਚਣਾ ਆਤ ਮਾੜੀ ਹੈ ਨੰਬਰ 12 ਰਲਕੀ ਖੇਡਣਾ ਲੜਦੇ ਰਹਿਣਾ ਕਿਹੜਾ ਗੁਣ ਅਪਣਾਈਏ ਬਈ ਰਲਕੀ ਖੇਡਣ ਦਾ ਗੁਣ ਅਪਣਾਉਣਾ ਚਾਹੀਦਾ ਹੈ ਅੱਗੇ-ਅੱਗੇ ਵਿੱਚੋਂ ਨੰਬਰ 13 ਮਿੱਠਾ ਬੋਲਣਾ ਜਾਂ ਕਾਲਾ ਕੱਢਣਾ ਕਿਹੜੀ ਆਦਤ ਮਾੜੀ ਹੈ ਗਾਲਾਂ ਕੱਢਣਾ ਆਦਤ ਮਾੜੀ ਹੈ ਨੰਬਰ 14 ਆਗਿਆਕਾਰੀ ਤੇ ਝਗੜਾਲੂ ਕੌਣ ਸੁਭਾਅ ਦਾ ਚੰਗਾ ਹੈ ਅੱਗੇ ਹੈਗਾ ਵਿੱਚੋਂ ਆਗਿਆਕਾਰੀ ਸੁਭਾਅ ਦਾ ਚੰਗਾ ਹੈ ਨੰਬਰ 15 버거 ਨੂਡਲ ਸਲਾਦ ਸਿਹਤ ਲਈ ਕੀ ਵਧੀਆ ਹੈ ਫਲ ਸਲਾਦ ਸਿਹਤ ਲਈ ਵਧੀਆ ਹੈ ਨੰਬਰ 16 ਕੋਲਡ ਡਰਿੰਕ ਤੇ ਕਰਦੀ ਲस्सी ਤਾਕਤ ਲਈ ਕੀ ਅੱਛਾ ਹੈ ਕਰਦੀ ਲस्सी ਤਾਕਤ ਲਈ ਅੱਛੀ ਹੈ ਨੰਬਰ 17 ਫਿਲਮਾਂ ਦੇਖਣਾ ਕਸਰਤ ਕਰਨਾ ਅੱਖਾਂ ਦਾ ਨੁਕਸਾਨ ਕਰੇ ਉੱਤਰਾਗੇ ਵਿੱਚ ਉਹ ਫਿਲਮਾਂ ਦੇਖਣਾ ਅੱਖਾਂ ਦਾ ਨੁਕਸਾਨ ਕਰਦਾ ਹੈ ਅੱਗੇ ਹੈਗੇ ਵਿੱਚ ਹੋਰ ਅਭਿਆਸ ਆਪਣਾ ਅੱਗੇ ਠੀਕ ਹੈ ਆਪਾਂ ਇਹਨਾਂ ਦੇ ਪ੍ਰਸ਼ਨ ਉੱਤਰ ਵੀ ਹੱਲ ਕਰਦੇ ਹਾਂ ਪ੍ਰਸ਼ਨ ਨੰਬਰ 1 ਤੁਹਾਨੂੰ ਆਪਣੀਆਂ ਕਿਹੜੀਆਂ ਆਦਤਾਂ ਪਸੰਦ ਹਨ ਉੱਤਰ ਹੈਗਾ ਸਵੇਰੇ ਜਲਦੀ ਉੱਠਣਾ ਨੰਬਰ 2 ਸਮੇਂ ਸਿਰ ਸਕੂਲ ਜਾਣਾ ਨੰਬਰ 3 ਹੋਮਵਰਕ ਕਰਨਾ ਨੰਬਰ 4 ਵੱਡਿਆਂ ਦਾ ਸਤਿਕਾਰ ਕਰਨਾ ਪ੍ਰਸ਼ਨ ਨੰਬਰ 2 ਤੁਹਾਨੂੰ ਆਪਣੀਆਂ ਕਿਹੜੀਆਂ ਆਦਤਾਂ ਬੁਰੀਆਂ ਲੱਗਦੀਆਂ ਹਨ ਉੱਤਰ ਹੈਗਾ ਦੋਸਤਾਂ ਨਾਲ ਗੱਲਾਂ ਗੱਲਾਂ ਨਾ ਕਰ ਪਾਉਣਾ ਸਿਰਫ ਪੜਦੇ ਰਹਿਣਾ ਪ੍ਰਸ਼ਨ ਨੰਬਰ 3 ਤੁਹਾਨੂੰ ਆਪਣੀਆਂ ਕਿਹੜੀਆਂ ਕਿਹੜੀਆਂ ਆਦਤਾਂ ਛੱਡਣਾ ਆਦਤਾਂ ਨੂੰ ਛੱਡਣਾ ਚਾਹੀਦਾ ਹੈ ਉੱਤਰ ਕਿਤਾਬੀ ਕੀੜੇ ਬਣੇ ਰਹਿਣ ਦੀ ਆਦਤ ਛੱਡਣੀ ਚਾਹੀਦੀ ਹੈ ਦੋਸਤਾਂ ਨਾਲ ਖੁੱਲ੍ਹ ਕੇ ਗੱਲ ਨਾ ਕਰ ਸਕਣ ਦੀ ਆਦਤ ਛੱਡਣੀ ਚਾਹੀਦੀ ਹੈ ਖੁਸ਼ੀ ਤੇ ਵੀ ਨਾ ਨੱਚਣ ਦੀ ਆਦਤ ਛੱਡ ਦੇਣੀ ਚਾਹੀਦੀ ਹੈ ਅੱਗੇ-ਅਗੇ ਵਿੱਚੋਂ ਚੰਗੀਆਂ ਆਦਤਾਂ ਤੇ ਬੁਰੀਆਂ ਆਦਤਾਂ ਚੰਗੀਆਂ ਆਦਤਾਂ ਵਿੱਚੋਂ ਕਿਹੜੀਆਂ ਕਿੜੀਆਂ ਨੇ ਚੰਗੀਆਂ ਆਦਤਾਂ ਹੈਗੀਆਂ ਨੇ ਸਵੇਰੇ ਜਲਦੀ ਉੱਠਣਾ ਰੋਜ਼ਾਨਾ ਹੋਮਵਰਕ ਕਰਨਾ ਖੇਡਣਾ ਨਿਮਰਤਾ ਨਾਲ ਬੋਲਣਾ ਤੇ ਬੁਰੀਆਂ ਆਦਤਾਂ ਲੇਟ ਸੋਣਾ ਜਾਂ ਸਲੇਟ ਲੇਟ ਜਾਗਣਾ ਹੋਮਵਰਕ ਨਾ ਕਰਨਾ ਸਾਰਾ ਦਿਨ ਹੀ ਖੇਡਦੇ ਰਹਿਣਾ ਗੁੱਸੇ ਨਾਲ ਜਾਂ ਖਿਜਕੇ ਬੋਲਣਾ ਆਪਣੀ ਲਗਨ ਨੂੰ ਸਹੀ ਦਿਸ਼ਾ ਦੇਣਾ ਬੱਚਿਓ ਤੁਸੀਂ ਸਾਰੇ ਜਾਣਦੇ ਹੋ ਕਿ ਜੇਕਰ ਅਸੀਂ ਆਪਣੀ ਮੰਜ਼ਿਲ ਉੱਤੇ ਪਹੁੰਚਣਾ ਹੋਵੇ ਤਾਂ ਸਾਡਾ ਸਹੀ ਦਿਸ਼ਾ ਵਿੱਚ ਵਧਣਾ ਜ਼ਰੂਰੀ ਹੈ ਜੇਕਰ ਦਿਸ਼ਾ ਗਲਤ ਹੋ ਗਈ ਤਾਂ ਅਸੀਂ ਆਪਣੀ ਮੰਜ਼ਿਲ ਤੇ ਨਹੀਂ ਪਹੁੰਚ ਸਕਦੇ ਸਾਨੂੰ ਤੇ ਸਾਡੇ ਮਨ ਨੂੰ ਟਿਕਾਉ ਟਿਕਾਉਮ ਵਾਲੀਆਂ 'ਚ ਕਈ ਚੀਜ਼ਾਂ ਹਨ ਇੱਥੇ ਵਿੱਚ ਪਟਕਾਉਣ ਲਿਖਿਆ ਜਾਏਗਾ ਠੀਕ ਹੈ ਇਹਦੇ ਵਿੱਚ ਪੁਸਤਕ ਵਿੱਚ ਥੋੜੀਆਂ ਗਲਤੀਆਂ ਨੇ ਪਟਕਾਉਣ ਵਾਲੀਆਂ ਕਈ ਚੀਜ਼ਾਂ ਹਨ ਜੋ ਸਾਡੇ ਮਨ ਨੂੰ ਪਰਮਾ ਕੇ ਆਪਣੇ ਵੱਲ ਆਕਰਸ਼ਿਤ ਕਰਦੀਆਂ ਹਨ ਅੱਜ ਅੱਜ ਦੇ ਸਮਾਜ ਵਿੱਚ ਨਸ਼ਾ ਵਿਦਿਆਰਥੀਆਂ ਨੂੰ ਗਲਤ ਦਿਸ਼ਾ ਵੱਲ ਲਿਆ ਰਿਹਾ ਹੈ ਜੋ ਕਿ ਇੱਕ ਸਮਾਜਿਕ ਸਮੱਸਿਆ ਹੈ ਸੋਸ਼ਲ ਮੀਡੀਆ ਦੀ ਦੁਰਵਰਤੋਂ ਵੀ ਸਾਨੂੰ ਗਲਤ ਦਿਸ਼ਾ ਵੱਲ ਲੈ ਜਾਂਦੀ ਹੈ ਅਗੇ ਹੈਗੇ ਬੱਚੋ ਕੀ ਇੰਟਰਨੈਟ ਕੀ ਤੁਸੀਂ ਇੰਟਰਨੈਟ ਦੀ ਵਰਤੋਂ ਕਰਦੇ ਹੋ ਉੱਤਰ ਹੈਗਾ ਜੀ ਹਾਂ ਕੀ ਤੁਸੀਂ ਵੀਡੀਓ ਗੇਮ ਖੇਡਦੇ ਹੋ ਜੀ ਹਾਂ ਅਗੇ ਹੈਗੇ ਬੱਚੋ ਤੁਸੀਂ ਰੋਜ਼ ਕਿੰਨਾ ਸਮਾਂ ਮੋਬਾਈਲ ਦਾ ਇਸਤੇਮਾਲ ਕਰਦੇ ਹੋ 4 ਤੋਂ 5 ਘੰਟੇ ਬੱਚਿਓ ਤੁਸੀਂ ਜਿੰਨਾ ਸਮਾਂ ਵਰਤਦੇ ਹੋ ਤੁਸੀਂ ਖੁਦ ਲਿਖ ਸਕਦੇ ਹੋ ਇਹ ਠੀਕ ਹੈ ਤੁਸੀਂ ਆਪਣੇ ਆਲੇ ਦੁਆਲੇ ਵਿੱਚੋਂ ਨਸ਼ੇ ਦੇ ਬੁਰੇ ਪ੍ਰਭਾਵ ਦੀ ਕੋਈ ਉਦਾਹਰਣ ਦਿਓ ਉੱਤਰ ਹੈ ਗਿਆ ਨੰਬਰ 1 ਸ਼ਰਾਬ ਦੇ ਨਸ਼ੇ ਵਿੱਚ ਸਾਡੇ ਗੁਆਂਢ ਵਿੱਚ ਇੱਕ ਭਰਾ ਨੇ ਦੂਜੇ ਭਰਾ ਨੂੰ ਕਤਲ ਕਰ ਦਿੱਤਾ ਨੰਬਰ 2 ਸੋਸ਼ਲ ਮੀਡੀਆ ਦੇ ਨਸ਼ੇ ਕਾਰਨ ਪੜਾਈ ਵਿੱਚ ਮੇਰਾ ਦਿਲ ਨਹੀਂ ਲੱਗਦਾ ਇਹਨਾਂ ਦੋਹਾਂ ਬਾਰੇ ਲਿਖੋ ਨਸ਼ਾ ਤੇ ਖੇਡਾਂ 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 ਸਾਡੇ ਸਰੀਰਕ ਤੇ ਮਾਨਸਿਕ ਵਿਕਾਸ ਵਿੱਚ ਸਹਾਈ ਹੁੰਦੀਆਂ ਹਨ ਨੰਬਰ 2 ਨੀਂਦ ਚੰਗੀ ਆਉਂਦੀ ਹੈ ਟੈਨਸ਼ਨ ਨਹੀਂ ਹੁੰਦੀ ਨਸ਼ਾ ਬਚਿਓ ਨਸ਼ਾ ਹੈਗਾ ਸਰੀਰਕ ਤੇ ਮਾਨਸਿਕ ਤੌਰ ਤੇ ਬਿਮਾਰ ਬਣਾਉਂਦਾ ਹੈ ਸਿਹਤ ਦੇ ਨਾਲ ਨਾਲ ਪੈਸਾ ਬਰਬਾਦ ਕਰਾਉਂਦਾ ਹੈ ਤੁਹਾਡਾ ਜੇਕਰ ਤੁਹਾਡਾ ਦੋਸਤ ਕਿਸੇ ਬੁਰਾਈ ਵਿੱਚ ਪੈ ਗਿਆ ਹੋਵੇ ਤਾਂ ਉਸ ਦੀ ਮਦਦ ਤੁਸੀਂ ਕਿਵੇਂ ਕਰੋਗੇ ਉਤਰਾਏ ਬੁਰਾਈ ਦੇ ਨੁਕਸਾਨ ਦੱਸ ਕੇ ਸਮਝਾਵਾਂਗਾ ਲੋੜ ਪੈਣ ਤੇ ਸਾਈਕੀਟ੍ਰਿਸਟ ਸਾਈਕੇਟ੍ਰਿਸਟ ਇਹ ਬੱਚੇ ਹੁੰਦਾ ਜਿਹੜਾ ਦਿਮਾਗ ਦਾ ਠੀਕ ਹੈ ਆਪਣੇ ਦਿਮਾਗ ਦੇ ਵਿੱਚ ਆਪਣੇ ਕੁਝ ਵਿਚਾਰ ਗਲਤ ਪੈ ਜਾਂਦੇ ਨੇ ਉਹਨਾਂ ਆਪਾਂ ਸਾਈਕਾਟ੍ਰਿਸਟ ਕਹਿੰਦੇ ਆ ਠੀਕ ਹੈ ਤਾਂ ਉਹ ਦਿਮਾਗ ਦੇ ਵਿੱਚ ਆਪਣੇ ਵਿਚਾਰਾਂ ਨੂੰ ਆਪਾਂ ਨੂੰ ਚੰਗੀ ਸੇਧ ਪਾਉਣ ਦੇ ਲਈ ਆਪਣੇ ਦਿਮਾਗ ਦੇ ਵਿੱਚ ਸਕਾਰਾਤਮਕ ਵਿਚਾਰ ਪਾਉਣ ਦੇ ਲਈ ਇਹਨੂੰ ਆਪਾਂ ਵਿਚਾਰਾਂ ਦਾ ਡਾਇਰੈਕਟਰ ਕਹਿ ਸਕਦੇ ਆ ਦਿਮਾਗ ਦਾ ਡਾਇਰੈਕਟਰ ਕਹਿ ਸਕਦੇ ਆ ਠੀਕ ਹੈ ਤੇ ਇਹ ਆਪਾਂ ਨੂੰ ਦੱਸ ਕੇ ਆਪਣੇ ਨਾਲ ਗੱਲਬਾਤ ਕਰਕੇ ਠੀਕ ਹੈ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਦੇ ਨੇ ਤਾਂ ਉਸ ਦੇ ਕੋਲ ਲੈ ਕੇ ਜਾਵਾਂਗੇ ਅਗੇ ਬੱਚੋ ਆਪਣੀ ਲਗਨ ਨੂੰ ਸਹੀ ਦਿਸ਼ਾ ਹੋਣ ਲਈ ਸਾਨੂੰ ਆਪਣੀ ਮੰਜ਼ਿਲ ਦਾ ਪਤਾ ਹੋਣਾ ਲਾਜ਼ਮੀ ਹੈ ਜਿਵੇਂ ਅਸੀਂ ਘਰ ਤੋਂ ਸਕੂਲ ਜਾਂਦੇ ਹਾਂ ਤਾਂ ਸਾਨੂੰ ਪਤਾ ਹੁੰਦਾ ਹੈ ਕਿ ਅਸੀਂ ਸਕੂਲ ਜਾਣਾ ਹੈ ਪਰ ਜੇਕਰ ਅਸੀਂ ਕਿਸੇ ਦੋਸਤ ਦੇ ਘਰ ਜਾਂ ਕਿਸੇ ਨਵੀਂ ਜਗ੍ਹਾ ਤੇ ਪਹਿਲੀ ਵਾਰ ਜਾਣਾ ਹੋਵੇ ਤਾਂ ਕੀ ਹੁੰਦਾ ਹੈ ਲਿਖੋ ਉੱਤਰ ਹੈ ਕਿ ਸਾਨੂੰ ਨਵੀਂ ਜਗ੍ਹਾ ਦਾ ਰਾਹ ਪਤਾ ਕਰਨਾ ਪੈਂਦਾ ਹੈ ਸਹੀ ਦਿਸ਼ਾ ਪਤਾ ਕਰਨੀ ਪੈਂਦੀ ਹੈ ਤੇ ਫਿਰ ਤੇ ਫਿਰ ਅਸੀਂ ਉਸ ਦਿਸ਼ਾ ਤੇ ਚੱਲਣਾ ਪੈਂਦਾ ਹੈ ਇਸ ਤਰ੍ਹਾਂ ਹੀ ਜੀਵਨ ਵਿੱਚ ਸਹੀ ਦਿਸ਼ਾ ਪਤਾ ਕਰਕੇ ਲਗਨ ਨਾਲ ਮੰਜ਼ਿਲ ਵੱਲ ਵਧਣਾ ਚਾਹੀਦਾ ਹੈ ਅਗੇ ਬੱਚਿਓ ਇਹ ਕਵਿਤਾ ਆਪਣੇ ਕੋਲ ਠੀਕ ਹੈ ਤੁਸੀਂ ਖੁਦ ਵੀ ਪੜ੍ਹਨੀ ਹੈ ਤੇ ਆਪਾਂ ਪੜ੍ਹ ਦਾਂ ਨੇ ਹੁਣ ਇੱਕ ਵਾਰ ਇਹਨੂੰ ਸੱਚਾ ਨਸ਼ਾ ਜ਼ਿੰਦਗੀ ਦਾ ਜਿਹਨੂੰ ਸੱਚਾ ਨਸ਼ਾ ਜ਼ਿੰਦਗੀ ਨੂੰ ਜੀਣ ਦਾ ਕਦੇ ਨਾ ਖਿਆਲ ਝੂਠੇ ਨਸ਼ੇ ਪੀਣ ਕਰੇ ਨਾ ਖਿਆਲ ਝੂਠੇ ਨਸ਼ੇ ਪੀਣ ਦਾ ਕਰੇ ਜੋ ਵਪਾਰੀ ਨਸ਼ਾ ਮਾਰ ਖਾਵੇਗਾ ਖਾਵੇ ਜੋ ਖਿਡਾਰੀ ਨਸ਼ਾ ਹਾਰ ਜਾਵੇਗਾ ਕਾਦਾ ਏ ਜਿਉਣਾ ਕਿਸੇ ਦੇ ਅਧੀਨ ਦਾ ਜਿਹਨੂੰ ਸੱਚਾ ਨਸ਼ਾ ਜ਼ਿੰਦਗੀ ਜੀਣ ਦਾ ਹੋਵੇ ਜੀਨੂ ਨਸ਼ਾ ਦੇਸ਼ ਦੇ ਪਿਆਰ ਦਾ ਪਗਤ ਸਰਾਬੇ ਵਾਂਗੂ ਜਾਨ ਬਾਰ ਦਾ ਡੋਲਦਾ ਨਹੀਂ ਕਦੇ ਜਿਹੜਾ ਪੱਕਾ ਦੀਨ ਦਾ ਜਿਹਨੂੰ ਸੱਚਾ ਨਸ਼ਾ ਜ਼ਿੰਦਗੀ ਜੀਣ ਦਾ ਨਸ਼ੇਬਾਜ਼ ਸੌਹਾਂ ਖਾ ਕੇ ਰੋਜ਼ ਮੁੱਕਰੇ ਕਦੇ ਵੀ ਨਾ ਵਾਦਿਆਂ ਤੇ ਪੂਰਾ ਉੱਤਰੇ ਉਹਦੇ ਕੋਲ ਫਾਇਦਾ ਕੀ ਬਜਾਈ ਬੀਨ ਦਾ ਜਿਹਨੂੰ ਸੱਚਾ ਨਸ਼ਾ ਜ਼ਿੰਦਗੀ ਜੀਣ ਦਾ ਤੀਲਾ ਅਗੇ ਅਗੇ ਚੋ ਤੀਲਾ ਹੋਈ ਜਿੰਦ ਮੁੱਖ ਗੰਯਾ ਹੱਡੀਆਂ ਕਿੰਨੀਆਂ ਬਿਮਾਰੀਆਂ ਨੇ ਆਣ ਲੱਗੀਆਂ ਬੜਾ ਮਹਿੰਗਾ ਸੌਦਾ ਇਸ ਨਮਕੀਨ ਦਾ ਜਿਹਨੂੰ ਸੱਚਾ ਨਸ਼ਾ ਜ਼ਿੰਦਗੀ ਨੂੰ ਜੀਣ ਦਾ ਦੁੱਧਾਂ ਮੱਖਣਾਂ ਦਾ ਜਿਹੜਾ ਮਾਣ ਦਾ ਜ਼ਰੂਰ ਰਹਿੰਦਾ ਰਹਿੰਦਾ ਜੋ ਹਮੇਸ਼ਾ ਨਸ਼ਿਆਂ ਦੇ ਦੂਰ ਕੋਲੋਂ ਦੂਰ ਚਮਕਦਾ ਮੁੱਖ ਗੱਬਰੂ ਸ਼ਕੀਨ ਦਾ ਜਿਹਨੂੰ ਸੱਚਾ ਨਸ਼ਾ ਜ਼ਿੰਦਗੀ ਨੂੰ ਜੀਣ ਦਾ ਅੱਗੇ ਬੱਚਿਓ ਅਧਿਆਪਕ ਵੱਲੋਂ ਟਿੱਪਣੀ ਜਾਂ ਮਲਾਂਕਣ ਹੈ ਠੀਕ ਹੈ ਵੈਸੇ ਇਹ ਤੁਹਾਡੇ ਅਧਿਆਪਕ ਲਿਖਣਗੇ ਪਰ ਤੁਸੀਂ ਇਹ ਸਮਝਣਾ ਹੈ ਠੀਕ ਹੈ ਅਤੇ ਇਹ ਪਾਠ ਦਾ ਸਾਰ ਹੈ ਤੇ ਇਹ ਆਦਤਾਂ ਅਪਣਾਉਣੀਆਂ ਨੇ ਜੋ نیچے ਲਿਖੀਆਂ ਹੋਈਆਂ ਨੇ ਪਿਆਰੇ ਵਿਦਿਆਰਥੀਓ ਅੱਜ ਸਮੇਂ ਦੀ ਲੋੜ ਹੈ ਕਿ ਆਪਾਂ ਆਪਣੇ ਅੰਦਰ ਤੁਰੰਤ ਤੇ ਸਹੀ ਫੈਸਲਾ ਕਰਨ ਦੀ ਯੋਗਤਾ ਦਾ ਵਿਕਾਸ ਕਰੀਏ ਸਾਨੂੰ ਚੰਗਾ ਬਣਨ ਲਈ ਚੰਗੀਆਂ ਆਦਤਾਂ ਨੂੰ ਅਪਣਾਉਣਾ ਚਾਹੀਦਾ ਹੈ ਅਤੇ ਮਾੜੀਆਂ ਆਦਤਾਂ ਨੂੰ ਛੱਡਦੇ ਜਾਣਾ ਚਾਹੀਦਾ ਹੈ ਚਾਹੇ ਮਾਦਕ ਪਦਾਰਥਾਂ ਦਾ ਨਸ਼ਾ ਹੋਵੇ ਤੇ ਚਾਹੇ ਸੋਸ਼ਲ ਮੀਡੀਆ ਦਾ ਜਾਂ ਮੋਬਾਈਲ ਦਾ 마ੜਾ ਹੀ 마ੜਾ ਹੈ। ਅਤੀ ਹਰ ਚੀਜ਼ ਹੀ ਮਾੜੀ ਹੁੰਦੀ ਹੈ। ਸਾਨੂੰ ਚਾਹੀਦਾ ਹੈ ਕਿ ਆਪਾਂ ਆਪਣੀ ਲਗਨ ਨੂੰ ਸਹੀ ਦਿਸ਼ਾ ਦੇਈਏ ਤੇ ਮਿਹਨਤ ਨਾਲ ਮੰਜ਼ਿਲ ਪ੍ਰਾਪਤ ਕਰੀਏ। ਇਸ ਤਰ੍ਹਾਂ ਬੱਚਿਓ ਜਿਹੜਾ ਇਹ ਪਾਠ ਹੈ ਕੰਪਲੀਟ ਹੋ ਗਿਆ। ਠੀਕ ਹੈ ਇਸ ਤੋਂ ਇਲਾਵਾ ਬਾਕੀ ਪਾਠਾਂ ਦੇ ਪ੍ਰਸ਼ਨ ਉੱਤਰ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਕਰ ਸਕਦੇ ਹੋ। ਪਲੇਲਿਸਟ ਦਾ ਲਿੰਕ ਵੀਡੀਓ ਦੀ ਡਿਸਕ੍ਰਿਪਸ਼ਨ ਦੇ ਵਿੱਚ ਦੇ ਦੇਵਾਂਗੇ। ਧੰਨਵਾਦ।